ਖੈਰ ਜੋ ਵੀ ਹੈ, ਖਡੂਰ ਸਾਹਿਬ ਹਲਕੇ ਦੀ ਚੋਣ ਤੋਂ ਬਾਅਦ ਕਾਂਗਰਸ ਪਾਰਟੀ ਅਤੇ ਆਪ ਪਾਰਟੀ ਦੇ ਵਿੱਚ ਮਨਮੁਟਾਵ ਵੀ ਕਾਫੀ ਜ਼ਿਆਦਾ ਦੇਖਣ ਨੂੰ ਮਿਲ ਰਹੇ ਨੇ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਜੀ ਦੇ ਪੋਸਟਰ ਵਿਵਾਦ ਦੇ ਉੱਤੇ ਜਿੱਥੇ ਭਗਵੰਤ ਮਾਨ ਕੈਪਟਨ ਅਮਰਿੰਦਰ ਸਿੰਘ ਦੀ ਪਲੈਨਿੰਗ ਦਾ ਹਿੱਸਾ ਦੱਸ ਰਹੇ ਨੇ, ਉੱਥੇ ਹੀ ਕੈਪਟਨ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਨੂੰ ਤਾਂ ਪੰਜਾਬ ਤੋਂ ਬਾਹਰ ਕੱਢਾਂਗੇ। ਸਾਡੇ ਵਾਸਤੇ ਦਰ ਨੋ ਥਰੈਟ ਨਾ ਇਹਦਾ ਫਰੋਮ ਅਕਾਲੀ ਨਾ ਅਕਾਲੀ ਦਾ ਡੁੱਬੇ ਪਏ ਨੇ, ਔਰ ਇਹਨਾਂ ਇਹ ਵੀ ਉਹਨਾਂ ਤੋਂ ਥੋੜ੍ਹੇ ਘੱਟ ਡੁੱਬੇ ਨੇ ਪਰ ਇਹ ਵੀ ਡੁੱਬੇ ਪਏ ਨੇ। ਇਹਨਾਂ ਨਾਲ ਮੈਂ ਕੋਈ ਮੁਕਾਬਲਾ ਨਹੀਂ ਸਮਝਦਾ। ਮੈਨੂੰ ਤਾਂ ਸ਼ੱਕ ਇਸ ਗੱਲ ਦਾ ਹੈ ਕਿ ਇਮੀਡੀਏਟਲੀ ਇੱਕ ਪੋਸਟਰ ਜਾਰੀ ਹੁੰਦਾ ਅਤੇ ਅਗਲੇ ਦਿਨ ਕੈਪਟਨ ਅਮਰਿੰਦਰ ਉਹ 'ਤੇ ਰਿਐਕਟ ਕਰਦੇ ਨੇ, ਇਹਦਾ ਮਤਲਬ ਇਹ ਪਲੈਨਡ ਕੰਮ ਹੈ। ਮੇਰੀ ਫੋਟੋ ਤਾਂ ਜੀ ਮੇਰੇ ਤਾਂ ਸੱਤ ਮੇਰੇ ਆਪਦੇ ਫੇਸਬੁੱਕ ਦੇ ਅਕਾਊਂਟ ਜਾਲੀ ਫਿਰਦੇ ਨੇ। ਨਹੀਂ ਉਹ ਤਾਂ ਕੋਈ ਰਿਐਕਟ ਤੁਹਾਡੇ ਵੱਲੋਂ ਕੀਤਾ ਗਿਆ ਕਿੱਥੇ ਲਾ ਲਈਏ ਜੀ, ਜੋ ਸਾਡਾ ਹੈ ਹੀ ਨਹੀਂ। ਜਦੋਂ ਕੈਪਟਨ ਸਾਹਿਬ ਰਿਐਕਟ ਕਰ ਰਹੇ ਨੇ ਕਿ ਸੋਸ਼ਲ ਮੀਡੀਆ 'ਤੇ ਆਏ ਅਤੇ ਸੋਸ਼ਲ ਮੀਡੀਆ 'ਤੇ ਸੋਨੀਆ ਗਾਂਧੀ ਅਤੇ ਮਨਮੋਹਨ ਸਿੰਘ ਦੀ ਡਾਂਸ ਕਰਦਿਆਂ ਦੀ ਫੋਟੋ ਵੀ ਆਉਂਦੀ ਹੈ, ਉਹ 'ਤੇ ਵੀ ਰਿਐਕਟ ਕਰਨਗੇ ਫਿਰ ਉਹ।